ਹਾਂ ਜੀ, ਮੇਰਾ ਨਾਮ ਅਮਨਦੀਪ ਸਿੰਘ ਹੈ ਜੀ। ਅਸੀਂ ਮੀਠਾ ਰੋਡ ਗੁਰੂ ਨਾਨਕ ਐਵਨਿਊ 'ਚ ਰਹਿੰਦੇ ਹਾਂ। ਸਾਡਾ ਮਿਸ਼ਨ ਫਿਟਿੰਗ ਸਾਡਾ ਜਿੰਮ ਹੈਗਾ, ਔਰ ਮੇਰੇ ਬੇਟੇ ਦਾ ਨਾਂ ਫਤਿਹ ਸਿੰਘ ਗਿੱਲ ਹੈ ਜੀ। ਅਸੀਂ ਯੂਰਪ ਦੇ ਵਿੱਚ 2011 ਨੂੰ ਆਪਣਾ 11 ਮਈ ਦੇ ਵਿੱਚ ਇਹਦਾ ਕੰਪਟੀਸ਼ਨ ਸੀ ਲਿਥੇਨੀਆ ਦੇ ਵਿੱਚ, ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ। ਉਹਦੇ ਵਿੱਚ ਅਸੀਂ ਗਏ ਸੀ, ਉੱਥੇ ਪਾਰਟੀਸਪੇਟ ਕੀਤਾ। ਇਹਨੇ ਬੱਚੇ ਦੇ ਵਿੱਚ ਸਭ ਤੋਂ ਛੋਟਾ ਸੀ ਇਹ ਭਜੰਗੀ ਸਾਡਾ, ਇਹਦੀ ਉਮਰ 3.5 ਸਾਲ ਹੈ। ਇਹ ਉਹਦੇ ਵਿੱਚ ਪਾਰਟੀਸਪੇਟ ਕਰਕੇ ਇਹਨੇ ਉਹਦੇ ਵਿੱਚ ਵਿਨ ਕਰ ਪ੍ਰਾਪਤ ਕੀਤਾ ਹੈ। ਫਸਟ ਪ੍ਰਾਈਜ਼ ਇਹਦਾ ਆਇਆ, ਇਹ ਓਵਰਆਲ ਚੈਂਪੀਅਨ ਬਣਿਆ ਦੇ ਵਿੱਚ ਫਿਟਗੇਟ ਦੇ ਵਿੱਚ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਵਿੱਚ। ਔਰ ਉਸ ਤੋਂ ਅਗਲੇ ਦਿਨ 12 ਮਈ ਨੂੰ ਕੰਪਟੀਸ਼ਨ ਹੈਗਾ ਸੀ ਇਹਦਾ, ਗ੍ਰੈਂਡ ਪ੍ਰਿਕਸ ਕੰਪਟੀਸ਼ਨ, ਕਤਕੜਾ ਕੰਪਟੀਸ਼ਨ। ਉਹਦੇ ਵਿੱਚ ਵੀ ਇਹ ਓਵਰਆਲ ਚੈਂਪੀਅਨ ਬਣਿਆ, ਉਹਦੇ 'ਚ ਵੀ ਫਸਟ ਪ੍ਰਾਈਜ਼ ਲੈ ਕੇ ਆਇਆ। ਇੰਨਾ ਕਮਾਲ ਨਵੇਂ ਛੋਟੇ ਬੱਚੇ ਇਹ ਤਾਂ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੰਨਾ ਛੋਟਾ ਬੱਚਾ ਵੀ ਸਾਨੂੰ ਇਸ ਮੁਕਾਮ 'ਤੇ ਲੈ ਕੇ ਆਇਆ। ਇਹ ਕਿ ਸਾਨੂੰ ਇਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਆਪਣਾ ਕਿ ਇਹ ਫਤਿਹ ਸਿੰਘ ਦੇ ਨਾਮ 'ਤੇ ਸਾਨੂੰ ਸਾਰੇ ਜਾਣੇ ਜਾਣਨ ਲੱਗੇ ਹੈ ਕਿ ਫਤਿਹ ਸਿੰਘ ਦੇ ਇਹਦੇ ਵੀਡੀਓ ਸਿੰਗਿੰਗ ਵਾਇਰਲ ਹੋਈ ਹੈ, ਇੰਨਾ ਜ਼ਿਆਦਾ ਗੱਤਕਾ ਕਰਦਾ ਹੈ, ਵਧੀਆ ਸੋਹਣਾ ਕਰਦਾ। ਔਰ ਹੁਣ ਸਾਨੂੰ ਮੇਰੀ ਤਾਂ ਇਹ ਕੋਸ਼ਿਸ਼ ਹੈ ਕਿ ਅਸੀਂ ਇਸ ਵਕਤ ਇਹ ਸੋਚਿਆ ਨਹੀਂ ਸੀ ਕਿ ਜੋ ਇਹਨੇ ਮਾਨ ਪ੍ਰਾਪਤ ਕਰ ਲਿਆ, ਹੁਣ ਅਸੀਂ ਸਾਡੀ ਵਾਹਿਗੁਰੂ ਕਿਰਪਾ ਕਰਨਗੇ, ਅਸੀਂ ਇਹਨੂੰ ਹੋਰ ਉੱਚੇ ਲੈਵਲ 'ਤੇ ਹੋਰ ਇੱਦਾਂ ਪਾਰਟੀਸਪੇਟ ਕਰਾ ਕੇ ਹੋਰ ਆਪਣੇ ਅੰਮ੍ਰਿਤਸਰ ਸਾਹਿਬ ਦਾ, ਪੰਜਾਬ ਦਾ ਅਤੇ ਇੰਡੀਆ ਦਾ ਨਾਂ ਰੋਸ਼ਨ ਕਰੀਏ। ਜੀ ਮੈਂ ਮਾਪਿਆਂ ਨੂੰ ਤਾਂ ਇਹੋ ਕਹਾਂਗੀ ਜੀ, ਕਿਉਂਕਿ ਉਹਦੇ ਵਾਹਿਗੁਰੂ ਦੀ ਕਿਰਪਾ ਕਿ ਜੇ ਹੁਣ ਇਹਦੀ ਉਮਰ ਹੈ ਜੀ ਇਹਦੀ ਕਾਰਟੂਨ ਦੇਖਣ ਦੀ, ਖੇਡਣ ਦੀ, ਮਸਤੀਆਂ ਕਰਨ ਦੀ, ਪਰ ਇਹ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਕਾਰਟੂਨ ਥੋੜ੍ਹੇ ਨਹੀਂ ਲਾਈ ਕਰਦਾ। ਇਹ ਜਿਸ ਤਰ੍ਹਾਂ ਗੱਤਕੇ ਦੇ ਵਿੱਚ ਜ਼ਿਆਦਾ ਇੰਟਰਸਟ ਹੈ, ਔਰ ਗੁਰਬਾਣੀ ਦੇ ਨਾਲ ਵੀ ਇੰਟਰਸਟ ਹੈਗਾ, ਔਰ ਜੋ ਵੀ ਇਹ ਕਾਰਟੂਨ ਦੀ ਜਗ੍ਹਾ ਹੈ ਜਿਸ ਤਰ੍ਹਾਂ ਯੂਟਿਊਬ ਦੇ ਵਿੱਚ ਦੇਖ ਲਓ, ਟੀਵੀ ਦੇ ਵਿੱਚ ਜਦੋਂ ਲਾਡਲੀਆਂ ਫੌਜਾਂ ਗੁਰੂ ਸਾਹਿਬ ਦੀਆਂ ਤਿਆਰ ਦਾ ਤਿਆਰ ਹੋ ਕੇ ਸਸਤਰ ਕਰਦੇ ਨੇ, ਘੋੜਸਵਾਰੀ ਕਰਦੇ ਨੇ, ਉਹਨੂੰ ਦੇਖ ਕੇ ਆ ਬਹੁਤ ਜ਼ਿਆਦਾ ਖੁਸ਼ ਹੁੰਦਾ, ਅਤੇ ਮੈਨੂੰ ਕਹਿੰਦਾ ਪਾਪਾ ਮੈਂ ਇਸ ਤਰ੍ਹਾਂ ਦਾ ਹੀ ਆਪਣਾ ਬਣਾਂਗਾ, ਅਤੇ ਇਸ ਤਰ੍ਹਾਂ ਦਾ ਹੀ ਮੈਂ ਅੱਗੇ ਮਾਤਾ ਪਿਤਾ ਦਾ ਅਤੇ ਗੁਰੂ ਸਾਹਿਬ ਦਾ ਨਾਮ ਰੋਸ਼ਨ ਕਰਾਂ। ਇਹ ਜੀ ਹਜੇ ਤਾਂ ਇਹਦੀ ਜੀ ਸ਼ੁਰੂਆਤ ਹੈ ਜੀ, ਸਾਨੂੰ ਅਤੇ ਮੈਨੂੰ ਤਾਂ ਇਸ ਵਿੱਚ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੁੰਦਾ। ਇੱਕ ਤਾਂ ਅਸੀਂ ਜੀ ਗੁਰਸਿੱਖ ਫੈਮਿਲੀ ਤੋਂ ਹੈ ਜੀ, ਇੱਕ ਇਹਦੀ ਆਪਣਾ ਗੁਰੂ ਦੀ, ਗੁਰੂ ਸਾਹਿਬ ਜੀ ਦੀ ਇਹ ਸਸਰ ਜਿਹੜਾ ਗੱਤਕਾ, ਇਹ ਜੀ ਉਹਨਾਂ ਦੀ ਹੈਗੀ ਪ੍ਰਾਪਤੀ, ਅਤੇ ਇੱਕ ਇਹਦੀ ਵਿਰਿਆ ਦੇ ਵਿੱਚ, ਅਤੇ ਅਸੀਂ ਸਸਰ ਵਿਰਿਆ ਦੇ ਵਿੱਚ ਅਸੀਂ ਦੋਵਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ, ਕਿਉਂਕਿ ਇਕੱਲੇ ਸਸਰ ਦੇ ਨਾਲ ਨਾਲ ਵਿਰਿਆ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਅਸੀਂ ਵਿਰਿਆ ਦੇ ਨਾਲ ਨਾਲ ਸਸਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ। ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨ ਜਿਹੜਾ ਵੀ ਪਲੇਟਫਾਰਮ ਮਿਲੇਗਾ, ਮੈਂ ਆਪਣੇ ਬੱਚੇ ਨੂੰ ਉੱਥੇ ਜ਼ਰੂਰ ਪਾਰਟੀਸਪੇਟ ਕਰਾਵਾਂਗਾ, ਅਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ, ਪੰਜਾਬ ਦਾ ਅਤੇ ਇੰਡੀਆ ਦਾ ਨਾਮ ਰੋਸ਼ਨ ਕਰਾਂਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੰਮ੍ਰਿਤਸਰ ਵਾਸੀਆਂ ਨੂੰ। ਮੇਰਾ ਨਾਮ ਨਵਪ੍ਰੀਤ ਕੌਰ ਹੈ, ਮੇਰੇ ਹਸਬੈਂਡ ਦਾ ਨਾਮ ਰਮਨਦੀਪ ਸਿੰਘ ਹੈ। ਸਾਨੂੰ ਵਾਹਿਗੁਰੂ ਨੇ ਇੱਕ ਬੜੀ ਪਿਆਰੀ ਦਾਤ ਦਿੱਤੀ ਹੈ। ਫਤਿਹ ਸਿੰਘ ਸਾਡਾ ਭਜੰਗੀ ਹੈ, ਛੋਟਾ 3.5 ਸਾਲ ਦਾ ਹੈ, ਜੋ ਕਿ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਤਕੇ ਦਾ। ਬਚਪਨ ਤੋਂ ਹੀ ਉਹ ਦੇਖ ਰਿਹਾ ਸੀ ਸਾਰਿਆਂ ਨੂੰ ਗੱਤਕਾ ਕਰਦੇ ਹੋਏ, ਕਦੀ ਅਸੀਂ ਨਗਰ ਕੀਰਤਨ ਜਾਣਾ, ਕਦੀ ਗੁਰੂ ਘਰ ਜਾਣਾ, ਅਤੇ ਨਿਹੰਗ ਸਿੰਘਾਂ ਨੂੰ ਦੇਖਣਾ, ਅਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ। ਅਤੇ ਉਹਨੂੰ ਸ਼ੁਰੂ ਤੋਂ ਅੰਦਰੋਂ ਹੀ ਲਿਵ ਸੀਗੀ ਕਿ ਮੈਂ ਵੀ ਗੱਤਕਾ ਕਰਨਾ, ਚੱਕਰ ਕਰਨੇ ਹੈ। ਅਸੀਂ ਇਹਦੇ ਪਾਪਾ ਨੇ, ਅਤੇ ਅਸੀਂ ਡਿਸਾਈਡ ਕੀਤਾ ਕਿ ਜੇ ਬੱਚੇ ਨੂੰ ਜਿਸ ਚੀਜ਼ ਦਾ ਸ਼ੌਂਕ ਹੈ ਅਸੀਂ ਉਸ ਉਹਦਾ ਹੱਥ ਨਹੀਂ ਪਿੱਛੇ ਖਿੱਚਾਂਗੇ। ਅਸੀਂ ਆਪਣੇ ਸਾਰੇ ਕੰਮ ਕਾਰ ਛੱਡ ਕੇ ਉਹਦੇ ਪਿੱਛੇ ਲੱਗੇ ਰਹਿੰਦੇ ਸੀ, ਜੋ ਉਹਨੂੰ ਸ਼ੌਂਕ ਹੈ ਉਹ ਫੋਲੋ ਅਪ ਕਰਦੇ ਸੀਗੇ। ਅਤੇ ਹੁਣ ਵਾਹਿਗੁਰੂ ਦੀ ਇੰਨੀ ਬਖਸ਼ਿਸ਼ ਹੋਈ ਹੈ ਕਿ ਜੇ ਅਸੀਂ ਉਹਦਾ ਹੱਥ ਪਿੱਛੇ ਨਹੀਂ ਖਿੱਚਿਆ, ਅਤੇ ਵਾਹਿਗੁਰੂ ਨੇ ਪੂਰੀ ਰਹਿਮਤ ਬਖਸ਼ਿਸ਼ ਕੀਤੀ ਹੈ, ਅਤੇ ਬੱਚਾ ਅੱਜ ਯੂਨੀਵਰਸਲ ਚੈਂਪੀਅਨਸ਼ਿਪ ਓਵਰਆਲ ਜਿੱਤ ਕੇ ਆਇਆ, ਅਤੇ ਇੱਕ ਵਰਲਡ ਚੈਂਪੀਅਨਸ਼ਿਪ ਹੋਈ ਸੀ ਉਹਦੇ 'ਚ ਫਸਟ ਆਇਆ ਹੈਗਾ, ਅਤੇ ਸਾਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ, ਪੰਜਾਬ ਤੋਂ ਨਿਕਲ ਕੇ, ਅੰਮ੍ਰਿਤਸਰ ਸ਼ਹਿਰ ਤੋਂ ਨਿਕਲ ਕੇ ਛੋਟੇ ਜਿਹੇ ਬੱਚੇ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ। ਸਾਨੂੰ ਬਹੁਤ ਖੁਸ਼ੀ ਹੈ, ਵਾਹਿਗੁਰੂ ਦੀ ਬੜੀ ਬੱਚਿਆਂ ਨੇ ਮਾਪਿਆਂ ਮਾਣ ਤਾਂ ਕਹਿ ਲਓ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ,
ਸਾਨੂੰ ਪਤਾ ਵੀ ਨਹੀਂ ਹੈ ਇੰਨਾ ਛੋਟਾ ਬੱਚਾ ਇੰਨਾ ਵੱਡਾ ਨਾਮ ਕਮਾ ਜਾਏਗਾ। ਅਸੀਂ ਤਾਂ ਸਿਰਫ ਉਹਦੇ ਸ਼ੌਂਕ ਨੂੰ ਕੈਰੀ ਔਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ, ਪਰ ਕਹਿ ਲਓ ਵਾਹਿਗੁਰੂ ਦੀ ਇੰਨੀ ਬਖਸ਼ਿਸ਼ ਹੈ ਕਿ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੁਣ ਹੋ ਰਹੀ ਹੈ। ਯੂਰਪ ਖੇਡ ਕੇ ਆਇਆ 2 ਚੈਂਪੀਅਨਸ਼ਿਪਸ ਤੇ ਹਰ ਪੇਜਿਸ ਤੇ ਹਰ ਚੈਨਲ ਤੇ ਉਹਦਾ ਨਾਮ ਚੱਲਦਾ ਪਿਆ। ਸਾਨੂੰ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਹਿਗੁਰੂ ਨੇ ਉਹਦਾ ਕਰ ਦਿੱਤਾ, ਪਰ ਮੇਰੀ ਸਾਰੇ ਪੇਰੈਂਟਸ ਨੂੰ ਇੱਕੋ ਅਪੀਲ ਹੈ ਕਿ ਜੇ ਬੱਚਾ ਤੁਹਾਡਾ ਪੜ੍ਹਾਈ 'ਚ ਅੱਗੇ ਜਾਣਾ ਚਾਹੁੰਦਾ, ਪੜ੍ਹਾਈ 'ਚ ਉਹਨੂੰ ਸਪੋਰਟ ਕਰੋ। ਜੇ ਗੁਰੂ ਘਰ ਵੱਲ ਜਾਣਾ ਚਾਹੁੰਦਾ ਤਾਂ ਉਹਨੂੰ ਕਦੀ ਬਾਹ ਨਾ ਪਿੱਛੇ ਖਿੱਚੋ, ਉਹਦੇ ਨਾਲ ਸਪੋਰਟ ਕਰਕੇ ਚਲੋ। ਜਿੱਥੇ ਮਾਂ ਬਾਪ ਖਲੋ ਜਾਂਦਾ ਨਾ ਰੱਬ ਤੋਂ ਬਾਹਰ, ਉੱਥੇ ਕੋਈ ਨਹੀਂ ਖੜ ਸਕਦਾ।